ਪੈਸੇ ਤੋਂ ਯਾਦ ਆਇਆ, ਕਾਰ ਦੇ ਵਿੱਚ ਮੇਰਾ ਸਾਈਨ ਕੀਤਾ ਹੋਇਆ ਇੱਕ ਚੈੱਕ ਕੱਟ ਕੇ ਰੱਖਿਆ ਹੋਇਆ, ਉਹਦੇ ਵਿੱਚ 5 ਲੱਖ ਰੁਪਈਆ ਭਰ ਕੇ ਲੱਖੇ ਨੂੰ ਦੇ ਦੇ, ਇਹਦਾ ਕਾਰੋਬਾਰ ਤੋਰਨ ਲਈ। ਚੱਲ ਆ ਜਾ। ਬਹੁਤ ਬਹੁਤ ਧੰਨਵਾਦ ਸਰਦਾਰ ਜੀ। ਗੋਡ ਬਲੈਸ ਯੂ। ਓਏ ਆ ਜਾ ਭਰਾਵਾ, ਇਹਨਾਂ ਨੇ ਮੁੱਕਰ ਵੀ ਜਾਣਾ। ਓ ਬਸ 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 ਰਾਜੋ, ਅੱਜ ਤੋਂ ਤੇਰਾ ਹੀ ਬਿੰਨੂ, ਤੇਰੇ ਹਵਾਲੇ। ਸਰਦਾਰ ਜੀ, ਮੈਂ ਤੁਹਾਡਾ ਕਿਹੜੇ ਮੂੰਹ ਨਾਲ ਧੰਨਵਾਦ ਕਰਾਂ? ਇਸ ਮੂੰਹ ਨਾਲ ਧੰਨਵਾਦ ਕਰਨਾ ਕਿ ਉਂਗਲ ਵਾਂਗੂ ਮੂੰਹ ਵੀ ਬਥੇਰੇ ਨੇ। ਕਿੱਧਰ ਚਲਾ ਗਿਆ ਨਾਲਾ? ਇੱਥੇ ਇੱਥੇ ਇੱਧਰ ਵੀ ਨਹੀਂ ਹੈਗਾ, ਕਿੱਥੇ ਗਿਆ? ਚੀਜ਼ਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤਾਂ ਠੀਕ ਹੈ, ਮੰਨਿਆ ਤੇ ਤੋਂ ਬਹੁਤਾ ਚਿਰ ਖੜਿਆ ਨਹੀਂ ਜਾਂਦਾ, ਪਰ ਇੰਨੀ ਵੀ ਤਹਿਜ਼ੀਬ ਭੁੱਲ ਗਿਆ ਕਿ ਘਰੇ ਆਏ ਜੀਜੇ ਦੀ ਇੱਜ਼ਤ ਕਰਨ ਲਈ ਖੜੇ ਹੋਈਦਾ। ਜੀਜਾ ਜੀ, ਜੇ ਮੈਂ ਤੁਹਾਡੀ ਇੱਜ਼ਤ ਕਰਨ ਲਈ ਖੜਾ ਹੋ ਗਿਆ ਨਾ, ਤਾਂ ਮੇਰੀ ਇੱਜ਼ਤ ਨਹੀਂ ਰਹਿਣੀ। ਕਿਉਂ, ਕੀ ਹੋਇਆ ਤੇਰੀ ਇੱਜ਼ਤ ਨੂੰ? ਮੇਰੇ ਪਜਾਮੇ ਚੋਂ ਨਾਲਾ ਨਿਕਲ ਗਿਆ, ਫਟੇ ਮੂੰਹ, ਤੇ ਨਾਲਾ ਪੋਣੀ ਲੱਭ ਨਹੀਂ ਰਹੀ, ਤੇ ਥੱਲੇ ਜਾਂਦੇ ਨੂੰ ਤੈਨੂੰ ਕੋਈ ਮਹਿਮਾਨ ਨਹੀਂ ਲੱਭਣਾ। ਕੋਈ ਨਾ ਜੀਜਾ ਜੀ, ਤੁਸੀਂ ਚੱਲੋ, ਮੈਂ ਨਾਲਾ ਪਾ ਕੇ ਆਇਆ। ਉਹ ਥੱਲੇ ਜਸਮੀਤ ਨੇ ਆਪਣੇ ਪੇਕਿਆਂ ਨਾਲ ਸ਼ਗਨ ਵੀ ਪਾਤਾ, ਤੇ ਤੇਰੇ ਕੋਲ ਉੱਪਰ ਨਾਲਾ ਨਹੀਂ ਪਿਆ। ਤੇਰਾ ਪਹਿਲਾਂ ਤੋਂ ਇਹੀ ਕੰਮ ਰਿਹਾ, ਉਧਰ ਤੈਨੂੰ ਦਸਤ ਲੱਗੇ ਹੁੰਦੇ ਸੀ, ਇੱਧਰ ਤੂੰ ਨਾਲੇ ਨੂੰ ਗੋਲ ਗੱਠ ਪਾਈ ਬੈਠਾ ਹੁੰਦਾ ਸੀ। ਸਟੂਪਿਡ। ਇਹ ਕੀ ਹੋ ਰਿਹਾ? ਤੈ ਲਾ ਰਿਹਾ। ਤੂੰ ਕਿਤੇ ਮੇਰੇ ਕੋਲੋਂ ਆਪਣੀ ਤੈ ਨਾ ਲਵਾ ਲਈ, ਕਿਤੇ ਜਾਣ ਦੀ ਤਿਆਰੀ ਆ? ਤਿੰਨ ਬੀਬੀ ਦੇ ਕੱਪੜੇ, ਸੁੱਥਣ ਨਾਲਾ ਹੱਥ, ਸਾਡੇ ਗਰੀਬਾਂ ਦੀ ਕਾਹਦੀ ਤਿਆਰੀ ਆ? ਚਲੋ ਗਰੀਬ ਤਾਂ ਮੰਨਿਆ, ਤੇਰੇ ਕੋਲੋਂ ਐਗਜ਼ਾਮਪਲ ਬੰਦਿਆਂ ਦੇ ਪਜਾਮੇ ਦੀ ਨਹੀਂ ਦਿੱਤੀ ਜਾਂਦੀ, ਸਾਲਾ ਜਦੋਂ ਗੱਲ ਕਰੂ ਸੁੱਥਣ ਦੀ ਕਰੂ, ਜਾ ਭੱਜ ਇੱਥੋਂ। ਚਾ ਰਹਿਣ ਦੇ, ਹੁਣ ਨਹੀਂ ਮੁੜਦਾ ਯਾਰ, ਜਾ। ਪਰ ਇੱਕ ਗੱਲ ਯਾਦ ਰੱਖੀ, ਘਰ ਛੱਡ ਕੇ ਜਾਣ ਵਾਲੇ ਹਰ ਨੌਕਰ ਦੀ ਕਿਸਮਤ ਸਵਰਗ ਫਿਲਮ ਵਾਲੇ ਗੋਵਿੰਦੇ ਵਰਗੀ ਨਹੀਂ ਹੁੰਦੀ, ਬਈ ਐਕਟਰ ਬਣ ਕੇ ਹੀ ਮੁੜੂਗਾ। 99% ਧੱਕੇ ਧੁੱਕੇ ਖਾ ਕੇ ਮੁੜਦੇ ਆ, 1% ਤਾਂ ਕਾਮਯਾਬ ਹੁੰਦੇ ਆ, ਉਹ ਫਿਲਮਾਂ 'ਚ ਹੁੰਦੇ ਆ, ਪਰ ਹੁੰਦੇ ਤਾਂ ਹੈਗੇ ਨਾ। ਅੱਛਾ ਚੱਲ ਠੀਕ ਹੈ, ਕੁੱਕੂ ਵਾਂਗੂ ਬਹਿ ਕੇ ਗੱਲ ਕਰਦੇ, ਬੈਠ ਬੈਠ। ਐਂ ਦੱਸ, ਕਿੰਨੇ ਦਿਨ ਦੀ ਛੁੱਟੀ 'ਤੇ ਚੱਲਿਆ? ਪੱਕੀ ਛੁੱਟੀ ਚੱਲਿਆ। ਕੀ ਗੱਲ, ਅਗਨੀਪਤ ਸਕੀਮ 'ਚ ਭਰਤੀ ਹੋਇਆ ਸੀ ਜਿਹੜਾ ਇਸ ਉਮਰ ਹੀ ਪੱਕੀ ਛੁੱਟੀ 'ਤੇ ਚੱਲਿਆ? ਓਏ ਬੰਦਾ ਬਣ ਕੇ ਦੱਸ, ਹੋਇਆ ਕੀ ਆ? ਸਰਦਾਰ ਜੀ, ਬਸ ਤੁਸੀਂ ਇਹ ਸਮਝ ਲਓ, ਇਸ ਘਰ 'ਚ ਮੇਰਾ ਦਾਰੂ ਪਾਣੀ ਮੁੱਕ ਗਿਆ। 3 ਬਲੈਡਰ ਅੰਦਰ ਦਾਰੂ ਦੇ ਭਰੇ ਪਏ ਆ, ਪਾਣੀ ਤੂੰ ਵਿੱਚ ਪਾਉਂਦਾ ਨਹੀਂ, ਇਸ ਘਰ 'ਚ ਤੇਰਾ ਦਾਰੂ ਪਾਣੀ ਕਿਵੇਂ ਖਤਮ ਹੋ ਸਕਦਾ? ਹਲੇ ਵੀ ਸੋਚ ਲਾ। ਸੋਚ ਲਿਆ, ਮੈਂ ਤਾਂ ਹੁਣ ਇਸ ਘਰ 'ਚੋਂ ਜਾਣਾ ਪੈਣਾ। ਅੱਛਾ, ਕਿੱਥੇ ਜਾਏਗਾ? ਜਿੱਥੇ ਮਰਜ਼ੀ ਜਾਵਾਂ, ਬਥੇਰੀ ਦੁਨੀਆ ਪਈ ਆ। ਉਹ ਕਿਤੇ ਯੂਕਰੇਨ ਜਾਣ ਦਾ ਪ੍ਰੋਗਰਾਮ ਤਾਂ ਨਹੀਂ ਬਣਾ ਲਿਆ? ਕਿੰਨੇ ਪੈਸੇ ਆ ਜੇਬ 'ਚ? ਹੈਗਾ 150 ਰੁਪਈਆ। ਸਾਲੇ ਇੰਨੇ ਪੈਸੇ ਨਾਲ ਤੇਰੇ ਕੋਲੋਂ ਪਟਿਆਲਾ ਨਹੀਂ ਟੱਪਿਆ ਜਾਣਾ। ਕੋਈ ਗੱਲ ਨਹੀਂ, 150 'ਚ ਜਿੱਥੇ ਤਰ ਜਾਣਗੇ ਮੈਂ ਉੱਥੇ ਉਤਰ ਜੂੰਗਾ। ਇੰਨੇ ਪੈਸੇ 'ਚ ਭਾਖੜਾ ਨਹਿਰ ਤੱਕ ਲੈ ਕੇ ਜਾਣਗੇ, ਫਿਰ ਮਾਰਦੀ ਛਾਲ ਹੋ ਜੀ ਨਹਿਰੋ ਨਹਿਰ, ਸਾਲੇ ਹੋਰ ਹੀ ਪਾਸੇ ਗੱਲ ਨੂੰ ਲੈ ਵੜਦੇ। ਹੋਰ ਹੀ ਪਾਸੇ ਤਾਂ ਤੁਸੀਂ ਲੈ ਕੇ ਗਏ ਹੋ, ਮੈਂ ਤਾਂ ਚੰਗਾ ਪਹਿਲਾਂ ਰੋਡੋ ਰੋਡ ਜਾਂਦਾ ਸੀ, ਨਹਿਰ 'ਚ ਤਾਂ ਤੁਸੀਂ ਸਿੱਟਿਆ ਗਿਆ, ਤੁਹਾਨੂੰ ਕੀ ਲੈਣਾ? ਮੈਂ ਚਾਹੇ ਮਰਾਂ ਚਾਹੇ ਜੀਵਾਂ। ਰੋਟੀ ਪਾਣੀ ਟਾਈਮ ਸਿਰ ਖਾ ਲਿਆ ਕਰੋ, ਨਾਲੇ ਦਵਾਈ ਟਾਈਮ ਸਿਰ ਲੈ ਲਿਆ ਕਰੋ, ਨਾਲੇ ਇੱਕ ਗੱਲ ਹੋਰ,
ਮੇਰੇ ਗਮ ਚ ਦਾਰੂ ਨਾ ਪੀਣ ਲੱਗ ਜਾਓ। ਬਿੱਟੂ ਬੇਟੇ, ਮੈਂ ਤੈਨੂੰ ਆਪਣਾ ਸੰਨ ਸਮਝਿਆ ਸੀ, ਮੇਰੀ ਰੰਨ ਮੰਨ ਦੀ ਕੋਸ਼ਿਸ਼ ਨਾ ਕਰ। ਉਹ ਦੱਸਾਂਗਾ ਵੀ ਹੋਇਆ ਕੀ ਆ। ਕੁਛ ਨਹੀਂ ਹੋਇਆ ਸਰਦਾਰ ਜੀ, ਮੈਂ ਤੁਹਾਡਾ ਪੁੱਤ ਬਣਨ ਦੀ ਕੋਸ਼ਿਸ਼ ਕੀਤੀ, ਪੁੱਤ ਨਹੀਂ ਬਣ ਹੋਇਆ। ਵਿਆਹ ਲਈ ਇੱਕ ਕੁੜੀ ਪਸੰਦ ਕੀਤੀ, ਵਿਆਹ ਨਹੀਂ ਹੋਇਆ। ਹੁਣ ਜੇ ਮੈਂ ਦਾਰੂ ਪੀ ਕੇ ਜ਼ਿੰਦਗੀ ਬਤੀਤ ਕਰਨੀ ਆ, ਫਿਰ ਮੈਂ ਕਿਸੇ ਠੇਕੇ ਤੇ ਕਰਿੰਦਾ ਨਾ ਲੱਗ ਜੂ। ਠੇਕੇਦਾਰ ਸਾਹਿਬ, ਨਿੱਕੀ ਨਿੱਕੀ ਗੱਲ ਤੇ ਘਰ ਨਹੀਂ ਛੱਡੀ ਦੇ ਤੇ ਨਾ ਹੀ ਦਿਲ। ਤੂੰ ਕੀ ਸੋਚਦਾ ਬਈ, ਮੈਂ ਤੇਰੇ ਵਿਆਹ ਬਾਰੇ ਕੁਛ ਸੋਚਿਆ ਨਹੀਂ ਹੋਇਆ। ਕੀ ਸੋਚਿਆ? ਤੂੰ ਕੀ ਲੈਣਾ? ਤੂੰ ਤਾਂ ਚੱਲਿਆ। ਕਿਹੜੇ ਸਾਲੇ ਨੇ ਕਿਹਾ ਮੈਂ ਜਾ ਰਿਹਾ? ਆਹ ਸਾਲੇ ਨੇ ਕਿਹਾ। ਸਰਦਾਰ ਜੀ, ਕੁੜੀ ਕਿੱਦਾਂ ਦੀ ਆ? ਤੂੰ ਤਾਂ ਉਹੀ ਗੱਲ ਕੀਤੀ, ਕਿਸੇ ਨੇ ਨਾਈ ਨੂੰ ਪੁੱਛਿਆ ਕਿ ਰਾਜਾ ਜੀ ਵਾਲ ਕਿੱਡੇ ਕਿੱਡੇ ਕੇ ਨੇ, ਕਹਿੰਦਾ ਸਾਹਮਣੇ ਹੀ ਆ ਜਾਣੇ।